हेलो जी, सत श्री अकाल। की हाल चाल जी ਤੁਹਾਡਾ ਸਾਰਿਆਂ ਦਾ? ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ। ਅਸੀਂ ਵੀ ਠੀਕ ਹਾਂ। ਵਾਹਿਗੁਰੂ ਕਰੇ ਕਿਰਪਾ ਸੱਚੇ ਪਾਤਸ਼ਾਹ ਤੁਹਾਡੇ ਸਾਰੇ ਤੁਹਾਨੂੰ ਸਾਰਿਆਂ ਨੂੰ ਆਪਣੇ ਆਪਣੇ ਪਰਿਵਾਰਾਂ ਵਿੱਚ ਖੁਸ਼ ਰੱਖੇ। ਅਤੇ ਇੱਥੇ ਹੈਗਾ ਸੀ ਜੀ ਦਿਨ, ਅੱਜ ਮੰਡੇ ਅਤੇ ਅੱਜ ਹੈਗੀ ਸੀ 16 ਤਰੀਕ। ਤੁਹਾਨੂੰ ਜਿੱਦਾਂ ਕਿ ਪਤਾ ਹੀ ਸੀ, ਸਾਡੀ ਥੋੜ੍ਹਾ ਜਿਹਾ ਟੂਟੀ ਹੈਗੀ ਸੀ ਰਸੋਈ ਦੀ ਖਰਾਬ। ਇੱਥੇ ਪਲੰਬਰ ਆ ਗਿਆ ਸੀ ਸਵੇਰੇ ਸਵੇਰੇ 10 ਵਜੇ ਆ ਗਿਆ ਸੀ। ਅਤੇ ਉਹ ਫਿਰ ਕਾਫੀ ਟਾਈਮ ਲੱਗ ਗਿਆ ਸੀ ਟੂਟੀ ਠੀਕ ਹੋਣ ਨੂੰ, ਜਿੱਦਾਂ 2-2.5 ਘੰਟੇ ਮਤਲਬ ਲੱਗ ਗਏ ਸੀ। ਪਤਾ ਨਹੀਂ ਸੀ ਲੱਗ ਰਿਹਾ ਕਿ ਕੀ ਪ੍ਰੋਬਲਮ ਹੈ। ਅਤੇ ਉਹ ਫਿਰ ਨਵੀਂ ਮਤਲਬ ਨਵੀਂ ਲਾ ਦਿੱਤੀ ਹੋਈ ਸੀ ਉਹਨਾਂ ਨੇ। ਅਤੇ ਕਾਫੀ 2-2.5 ਘੰਟੇ ਲੱਗ ਗਏ ਸੀ। ਬਾਅਦ 'ਚ ਸਾਡੇ ਘਰ ਆ ਗਏ ਸੀ ਗੈਸਟ, ਅਤੇ ਅਸੀਂ ਉੱਦਣ ਨੂੰ ਰੋਟੀ ਵੀ ਥੋੜ੍ਹੀ ਜਿਹੀ ਲੇਟ ਹੀ ਖਾਧੀ ਸੀ, ਅਤੇ ਇਸ ਕਰਕੇ ਫਿਰ ਗੈਸਟ ਆ ਗਏ ਸੀ, ਫਿਰ ਕੋਈ ਵੀਡੀਓ ਨਹੀਂ ਬਣਾਉਣ ਹੋਈ। ਅਤੇ ਆਹ ਫਿਰ ਬਾਅਦ 'ਚ ਆ ਗਈ ਸੀ ਰੁਪਿੰਦਰ, ਅਤੇ ਪਹਿਲਾਂ ਤਾਂ ਰੋਟੀ ਪਾਣੀ ਖਾ ਖੂ ਕੇ ਰੁਪਿੰਦਰ ਨੂੰ ਵੀ ਖਵਾਈ ਰੋਟੀ, ਅਤੇ ਖੇਡਣ ਲੱਗ ਪਿਆ। ਫਿਰ ਨਮਨਪ੍ਰੀਤ ਡਰਦਾ ਪਿਆ ਗੱਡੀ ਚਲਾਉਣ ਦੀ, ਡਰਦਾ ਪਿਆ ਗੱਡੀ ਤੋਂ ਬਹੁਤ ਡਰਦਾ। ਅਤੇ ਮੈਂ ਕੱਢੇ ਸੀ ਜਿੱਦਾਂ ਕੱਪੜੇ, ਮੈਂ ਕਿਹਾ ਚੱਲ ਲਾਂਡਰੀ ਅੱਜ ਕਰਾ ਲਿਆਉਂਦੇ ਹਾਂ, ਬਟ ਟਾਈਮ ਹੋ ਗਿਆ ਸੀ ਥੋੜ੍ਹਾ ਜਿਹਾ ਜ਼ਿਆਦਾ, 7 ਵੱਜ ਗਏ ਸੀ। ਅਤੇ ਮੇਰਾ ਇਰਾਦਾ ਸੀ ਕਿ ਮਤਲਬ ਤੁਰ ਕੇ ਚੱਲ ਜਾਈਏ ਸੀ। ਅਤੇ ਸਭ ਨੂੰ ਸੰਗਰਾਂਦ ਦੇ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ? ਤੁਸੀਂ ਸਾਰੇ ਠੀਕ ਹੋਵੋਗੇ, ਅਸੀਂ ਵੀ ਠੀਕ ਹਾਂ। ਅਤੇ ਗੁਰਵਿੰਦ ਨਮਨਪ੍ਰੀਤ ਸੁੱਤਾ ਸੀ ਰਾਤੀ ਸਿਰਫ 2 ਘੰਟੇ, 10:30 ਵਜੇ ਤੋਂ ਇਹ ਲੈ ਕੇ ਸੁੱਤਾ ਸੀ 12:30 ਵਜੇ ਤੱਕ ਬਸ। ਅਤੇ ਹੁਣ ਉਦੋਂ ਦਾ ਜਾਗਦਾ ਪਿਆ, 12:30 ਵਜੇ ਦਾ ਜਾਗਦਾ ਪਿਆ। ਅਤੇ ਉਹ ਵੇਖੋ ਹੁਣ ਟਾਈਮ ਸਾਡੇ ਵੱਲ ਹੋ ਗਿਆ। ਨਮਨ ਨੋ ਟਾਈਮ ਹੁਣ ਸਾਡੇ ਵੱਲ ਹੋ ਗਿਆ ਹੈ 4:15 ਦਾ। ਗੁਰਵਿੰਦਰ ਦੇ ਉੱਠਣ ਦਾ ਟਾਈਮ ਹੋ ਗਿਆ, ਅਤੇ ਮੈਂ ਹੁਣ ਦੁੱਧ ਲਾਗੇ ਲੱਗੀ ਹਾਂ ਗਰਮ ਕਰਨ। ਨਮਨ ਲਾਗਿਆਂ ਦੁੱਧ ਗਰਮ ਕਰ ਲਵਾਂ, ਕਿਉਂਕਿ ਗੁਰਵਿੰਦਰ ਹੁਣ ਉੱਠਣ ਵਾਲਾ, ਇਸ ਕਰਕੇ ਪੀ ਪੂ ਲਏਗਾ ਵੀ ਉੱਠ ਕੇ ਹੁਣ। ਅਤੇ ਹੁਣ ਉਹ ਨਿਆਣੇ ਭੇਜ ਭੂਜ ਕੇ ਇੱਕੋ ਵਾਰੀ ਇਹਨੂੰ ਫਿਰ ਲੈ ਕੇ ਸੌਣੀ ਹੈ। ਇਹ ਹੁਣ ਡਿੱਗਦਾ ਪਿਆ ਬਸ, ਇਹਨੇ ਹੁਣ ਸੌਣਾ ਹੈ, ਪਰ ਇਹਨੂੰ ਇਹੋ ਜਿਹਾ ਸਵਾਉਣਾ ਨਹੀਂ ਹੈਗਾ। ਹੁਣ ਉਹਨਾਂ ਨੇ ਦੁੱਧ ਦੁੱਧ ਦੰਨੀ ਗੁਰਵਿੰਦਰ ਉਹਨਾਂ ਨੂੰ ਗਰਮ ਕਰਕੇ, ਅਤੇ ਇਹਨੇ ਹੁਣ ਬਸ ਇੱਦਾਂ ਹੀ ਖੇਡੀ ਜਾਣਾ। ਇਹਨੂੰ ਤਾਂ ਆਪ ਅੰਦਰ ਲਿਜਾ ਕੇ ਸਵਾਉਣਾ ਪੈਂਦਾ, ਨਹੀਂ ਤਾਂ ਇਹ ਇੱਦਾਂ ਹੀ ਖੇਡਦਾ ਰਹਿੰਦਾ। ਦੇਖੋ ਆਹ ਰਾਤ ਦਾ ਜਾਗਦਾ ਪਿਆ, 12:30 ਵਜੇ ਦਾ ਜਾਗਦਾ ਪਿਆ, ਤਾਂ ਕੀ ਕੁਛ ਕੀਤਾ ਉਦੋਂ ਤਾਂ ਇਹਨੇ। ਖਿਡਾਈ ਜਾਓ ਭਾਵੇਂ ਇਹਨੂੰ ਜਿੰਨਾ ਮਰਜ਼ੀ, ਇਹਨੇ ਇੱਦਾਂ ਹੀ ਬਸ ਖੇਡੀ ਜਾਣਾ। ਕੱਪੜੇ ਪਾਏ ਸੀ ਪਹਿਲਾਂ, ਚੱਲੀ ਸੀ ਧਵਾਉਣ, ਫਿਰ ਮੈਂ ਗਈ ਨਹੀਂ ਹੈਗੀ ਕਿਉਂਕਿ ਲੇਟ ਹੋ ਗਈ ਸੀ। ਅਤੇ ਲਾਂਡਰੀਆਂ ਇੱਥੇ ਖੁੱਲ੍ਹੀਆਂ ਰਹਿੰਦੀਆਂ ਸਾਡੇ 24 ਘੰਟੇ, ਅਤੇ ਕੋਈ 24 ਘੰਟੇ ਖੁੱਲ੍ਹੀ ਰਹਿੰਦੀ ਹੈ, ਕੋਈ ਨਹੀਂ ਖੁੱਲ੍ਹੀ ਰਹਿੰਦੀ। ਫਿਰ ਉਹ ਆਏ ਸੀ ਕੰਮ ਕਰਕੇ, ਥੋੜ੍ਹਾ ਕੰਮ ਕੀਤਾ ਸੀ, ਅਤੇ ਫਿਰ ਹੁਣ ਉਹ ਕੱਪੜੇ ਲੈ ਕੇ ਗਏ ਨੇ, ਆਉਣ ਵਾਲੇ ਨੇ ਉਹ ਵੀ। ਅਤੇ ਹੁਣ ਉਹਨਾਂ ਦੀ ਵੀ ਵਿੱਚੇ ਦੁੱਧ ਉਹਨਾਂ ਦਾ ਵੀ ਕਰ ਲੈਂਦੀ ਹਾਂ ਗਰਮ, ਅਤੇ ਫਿਰ ਅਸੀਂ ਹੁਣ ਪੀ ਲੈਂਦੇ ਹਾਂ। ਸਾਡਾ ਤਾਂ ਦਿਨ ਚੜ ਗਏ ਆ 12:30-12:30 ਵਜੇ ਦਾ, ਰਾਤ ਹੁਣ ਸਾਡੀ ਪੈਣੀ ਜਾ ਕੇ 7-8 ਵਜੇ। ਅਤੇ ਚਲੋ ਹੁਣ ਮੈਂ ਦੁੱਧ ਰੱਖਦੀ ਹਾਂ ਲਾਗੇ, ਕਰ ਲੈਂਦੀ ਹਾਂ ਗਰਮ, ਫਿਰ ਲਾਗੇ ਕੱਪੜੇ ਉਹਨਾਂ ਨੇ ਕੱਪੜੇ ਲੈ ਆਉਣੇ ਨੇ ਧਵਾ ਕੇ, ਫਿਰ ਮੈਂ ਲਾਗੇ ਤਾਂ ਧੂਆ ਲਾ ਲਾਂਗੀ। ਮੈਂ ਇੱਥੇ ਹੁਣ ਰੱਖ ਦਿੱਤਾ ਦੁੱਧ, ਦੁੱਧ ਵਿੱਚ ਹੀ ਪੱਤੀ ਪਾ ਲਾਂਗੇ। ਆਹ ਵੇਖੋ ਇੱਧਰ ਇਹਦਾ ਕੰਮ ਇਵੇਂ ਹੀ ਚਾਲੂ ਰਹਿੰਦਾ। ਨਮਨਪ੍ਰੀਤ ਨੋ ਨਮਾ, ਸਾਡੇ ਇੱਕ ਵਧੀਆ ਸਵੇਰੇ ਕੰਮ ਹੋਰ ਹੋਇਆ। ਤੁਹਾਨੂੰ ਪਿਛਲੇ ਵਲੋਗਾਂ ਵਿੱਚ ਦੱਸਿਆ ਸੀ ਕਿ ਸਾਡੇ ਜਿੱਦਾਂ ਟੂਟੀ ਦਾ ਪਾਣੀ ਥੋੜ੍ਹਾ ਜਿੱਦਾਂ ਲੀਕ ਹੁੰਦਾ ਪਿਆ ਨਾ, ਅਤੇ ਉਹ ਸਾਡੇ ਟੂਟੀ ਵੀ ਨਵੀਂ ਲਾ ਗਿਆ। ਆਹ ਵੇਖੋ ਟੂਟੀ ਦਾ ਸਾਰਾ ਜਿੱਦਾਂ ਲੀਕ ਹੁੰਦਾ ਸੀ ਇੱਥੋਂ, ਥੋੜ੍ਹਾ ਜਿੱਦਾਂ ਆਹ ਚੀਜ਼ ਤੋਂ ਜਿੱਦਾਂ ਥੋੜ੍ਹਾ ਜਿਹਾ, ਅਤੇ ਇੱਥੋਂ ਆਹ ਚੀਜ਼ਾਂ ਤੋਂ, ਅਤੇ ਉਹ ਆ ਸਾਰੀ ਨਵੀਂ ਲਾ ਕੇ ਗਿਆ। ਬਸ ਇੱਦਾਂ ਖਲਾਰਾ ਕੱਢ ਜਾਂਦਾ, ਬਸ ਕੋਈ ਨਾ ਕੋਈ ਚੀਜ਼ ਉਹਨੇ ਕੱਢ ਲੈਣੀ, ਪਿੱਛੇ ਖਲਾਰਾ ਪਾਈ ਜਾਂਦਾ ਹੈ, ਚੱਕਣ ਵਾਸਤੇ ਹੈਗੇ ਨੇ ਪਿੱਛੇ ਸਾਰੇ। ਨਮਨੋ ਉਹ ਦੇਖੋ ਤੁਸੀਂ ਸਾਰਾ ਇੰਨੇ ਹੁਣ ਆਹ ਪਾਏ ਆ, ਇੰਨੇ ਜਦੋਂ ਦਾ ਇਹ ਉੱਠੇ ਆ ਉਦੋਂ ਦਾ ਇਹ ਲੱਗਾ ਸੀ, ਕਦੀ ਕੁਛ ਕਰਨ ਨੂੰ। ਵੇਖੋ ਤੁਸੀਂ ਉਹ ਅੰਦਰੋਂ ਟੀ ਸ਼ਰਟ ਲਿਆ ਕੇ ਉਹ ਸੁੱਟੀ, ਆਹ ਇਵੇਂ ਦੇ ਤੇ ਇਹਦੇ ਕੰਮ ਨੇ ਭਾਊ ਸਾਹਿਬ ਦੇ। ਚੱਲ ਉੱਠ ਹੁਣ ਉੱਠ, ਨੀਨੀ ਨਹੀਂ ਆਈ ਅਜੇ, ਇਹ ਸੋਨਾ ਨੀਨੀ। ਮੈਂ ਸਗਾ ਪ੍ਰੈਮ ਵੀ ਕੱਢੀ, ਮੈਂ ਕਿਹਾ ਨਮਨ ਨੂੰ ਨਾਲ ਲੈ ਜਾਵਾਂਗੀ, ਅਤੇ ਆਹ ਰੇਹੜੀ ਵਿੱਚ ਕੱਪੜੇ ਲੈ ਕੇ ਜਾਈਦੇ ਨੇ ਧੋਣ ਵਾਸਤੇ, ਅਤੇ ਉਹ ਹੁਣ ਗੱਡੀ ਵਿੱਚ ਹੀ ਲੈ ਕੇ ਨੇ, ਇੱਧਰ ਰੱਖ ਕੇ ਲੈ ਗਏ ਹੁਣ ਇਹਨੂੰ ਸਾਰੇ।
ਉਹ ਦੇਖੋ ਉੱਧਰ ਆ ਗੱਡੀ, ਤੂੰ ਨਾ ਪਹਿਲਾਂ ਡਰਦਾ ਸੀ, ਹੁਣ ਥੋੜ੍ਹਾ ਜਿਹਾ ਜਿੱਦਾਂ ਲੱਗ ਜਾਂਦਾ ਖੇਡਣ। ਦੇਖੋ ਇਹਦੇ ਵੱਲ, ਨਮਨਪ੍ਰੀਤ, ਨਮਨ ਕੀ ਕਰਦਾ ਸੀ? ਨਮਨ ਇਹ ਪੀਤੀ ਕਿਹੜੀ ਚੀਜ਼ ਲੱਭ ਗਈ ਖਾਣ ਵਾਲੀ? ਕੀ ਲੱਭਾ? ਖਾਣ ਵਾਲੀਆਂ ਚੀਜ਼ਾਂ ਸੁੱਟਦਾ ਰਹਿੰਦਾ, ਪਿਓਰੀ ਫੜ ਲਈ ਉਹਨੇ। ਗਿਆ ਸੀ ਸਵੇਰ ਦਾ ਟਾਈਮ, ਅਤੇ ਜਿੱਦਾਂ ਕੋਈ 12 ਵਜੇ ਸੀ, ਅਤੇ ਕੱਪੜੇ ਲਿਆਂਦੇ ਸੀ ਜਿਹੜੇ, ਅਤੇ ਮੈਂ ਕਿਹਾ ਚੱਲ ਤੈਅ ਲਾ ਲੈਂਦੀ ਹਾਂ ਮੈਂ, ਅਤੇ ਕੁਛ ਤਾਂ ਇਹ ਮਤਲਬ ਜਿੱਦਾਂ ਲਾ ਕੇ ਲਿਆਏ ਸੀ ਜਿੱਦਾਂ ਥੋੜ੍ਹੇ ਬਹੁਤੇ, ਅਤੇ ਫਿਰ ਇਹਨਾਂ ਨੂੰ ਮੈਂ ਕਿਹਾ ਸੀ, ਮੈਂ ਕਿਹਾ ਤੁਸੀਂ ਇੱਦਾਂ ਹੀ ਆ ਜਾਓ, ਟਾਈਮ ਬਹੁਤ ਹੋ ਗਿਆ ਅੱਗੇ, ਅਤੇ ਇਹ ਕੁਛ ਕੱਪੜੇ ਤੈਅ ਲਾ ਲਿਆਏ ਸੀ ਨਮਨਪ੍ਰੀਤ ਵਿੱਚ, ਕੈਮਰਾ ਫੜਨ ਕਿਹਾ ਇਹਨੇ, ਕੈਮਰਾ ਸੁੱਟ ਦਿੱਤਾ ਸੀ, ਅਤੇ ਫਿਰ ਮੈਂ ਦੂਜੇ ਪਾਸੇ ਰੱਖ ਕੇ ਮੈਂ ਲੱਗੀ ਸੀ ਤੈਅ ਲਾਉਣ, ਇਹ ਮਤਲਬ ਲਾਣ ਨਹੀਂ ਸੀ ਦਿੰਦਾ ਪਿਆ ਸਵੇਰ ਦਾ ਟਾਈਮ ਸੀ, ਬਾਅਦ 'ਚ ਕਹਿ 1 ਘੰਟੇ ਬਾਅਦ ਫਿਰ ਸੌਂਦਾ ਹੁੰਦਾ ਥੋੜ੍ਹਾ ਜਿਹਾ, ਅਤੇ ਇਹ ਨਹੀਂ ਤੈਅ ਲਾਉਣ ਦਿੰਦੇ ਆ। 2-3 ਦਿਨ ਹੋ ਗਏ ਇੱਦਾਂ ਨੀਂਦ ਨਹੀਂ ਪੂਰੀ ਹੋਈ ਹੈਗੀ, ਇਹ ਰਾਤ ਨੂੰ ਜਾਗਦਾ ਰਹਿੰਦਾ ਅਤੇ ਦਿਨੇ ਸੌਂਦਾ, ਇਹ ਫਿਰ ਜਿੱਦਾਂ ਕੋਈ 6 ਵਜੇ ਤੋਂ ਲੈ ਕੇ 11-12 ਵਜੇ ਤੱਕ ਸੁੱਤਾ ਰਹਿੰਦਾ, ਫਿਰ ਨਾਲ ਉਹੀ ਟਾਈਮ ਸਾਨੂੰ ਸੌਣਾ ਪੈਂਦਾ ਹੈ ਕਿ ਜਿੱਦਾਂ ਜਦੋਂ ਇਹਨੇ ਸੌਣਾ ਉਦੋਂ ਹੀ ਮੈਨੂੰ ਸੌਣਾ ਪੈਂਦਾ, ਅਤੇ ਆਵੇ ਮੈਂ ਲੱਗੀ ਸੀ ਇੱਥੇ ਤੈਅ ਲਾਉਣ, ਅਤੇ ਇਹ ਲੱਗ ਪਿਆ ਸੀ ਥੋੜ੍ਹਾ ਚੱਖੇ ਜਾਣ, ਅਤੇ ਫਿਰ ਮੈਂ ਬਾਅਦ 'ਚ ਕੀ ਕੀਤਾ, ਫਿਰ ਕੱਪੜੇ ਛੱਡਣੇ ਪਏ ਸੀ, ਕੱਪੜੇ ਛੱਡ ਕੇ ਫਿਰ ਇਹਨੂੰ ਫੜਿਆ ਅਤੇ ਇਹਨੂੰ ਸਵਾਉਣ ਦੀ ਟਰਾਈ ਕੀਤੀ, ਬਟ ਇਹ ਸੌਂਦਾ ਨਹੀਂ ਸੀ ਪਿਆ ਹੈਗਾ, ਫਿਰ ਹੁਣ ਇੱਥੇ ਇਹਨੇ ਮੇਰੇ ਕੋਲ ਆ ਜਾਣਾ, ਆਵੇ ਇੱਥੇ ਕੋਲ ਆਣ ਕੇ ਅਤੇ ਵੇ ਬਸ ਹੁਣ ਕਹਿਣ ਲੱਗ ਪਏ ਮੈਨੂੰ ਚੱਕ ਲੈ ਕਮਲ ਦਾ, ਵੀ ਇਹਨੇ ਸੌਣਾ, ਇਹਨਾਂ ਦੇ ਸੌਣ ਦਾ ਟਾਈਮ ਹੈ, ਇੱਥੇ ਲੱਗ ਗਿਆ ਸੀ ਫਿਰ। ਫਿਰ ਮੈਂ ਫਿਰ ਬੰਦ ਕਰ ਦਿੱਤੇ ਸੀ ਕੱਪੜੇ ਤੈਅ ਲਾਉਣ 'ਚ, ਫਿਰ ਲਿਆ ਸੀ ਫਿਰ ਚੱਕ ਕੇ ਅੰਦਰ, ਮੈਂ ਕਿਹਾ ਮੈਨੂੰ ਬੜੀ ਕਿਸਮ ਲੈਂਦੀ, ਫਿਰ ਬਾਅਦ 'ਚ ਕੰਮ ਕਰ ਲਾਂਗੇ, ਅਤੇ ਇਹਨੂੰ ਫਿਰ ਥੋੜ੍ਹਾ ਟਾਈਮ ਸਵਾ ਦਿੱਤਾ ਸੀ, ਫਿਰ ਮੈਂ ਹੋ ਗਈ ਸੀ ਕਿਚਨ ਵੱਲ, ਮੈਂ ਕਿਹਾ ਹੁਣ ਸੁੱਤਾ ਹੈ ਮੈਂ, ਹੁਣ ਥੋੜ੍ਹਾ ਜਿਹਾ ਕਰ ਕੁਰ ਲਵਾਂ, ਰੋਟੀ ਪਾਣੀ ਤਾਂ ਕਰ ਲਵਾਂ, ਕਿਉਂਕਿ ਜਦੋਂ ਇਹ ਸੌਂਦਾ ਹੈ ਉਦੋਂ ਹੀ ਥੋੜ੍ਹਾ ਜਿਹਾ ਹੁੰਦਾ ਹੈ ਕਿ ਹੁਣ ਕੰਮ ਨਿਬੇੜ ਲਾਂ ਜਲਦੀ, ਕਿਉਂਕਿ ਬੱਚਾ ਜਦੋਂ ਸੌਵੇ ਉਦੋਂ ਕੰਮ ਨਿਬੜ ਜਾਵੇ, ਜਿਹੜਾ ਨਿਬੜ ਜਾਵੇ ਉਹ ਹੀ ਵਧੀਆ ਹੈ, ਬਾਅਦ 'ਚ ਜਦੋਂ ਨਿਆਣਾ ਉੱਠ ਪੈਂਦਾ ਫਿਰ ਬਾਅਦ 'ਚ ਕੋਈ ਕੰਮ ਨਹੀਂ ਨਿਬੜਦਾ ਹੈਗਾ। ਅੱਜ ਬਣਾਏ ਸੀ ਅਸੀਂ ਆਲੂਆਂ ਵਾਲੇ ਪਰਾਂਠੇ, ਬਹੁਤ ਸਵਾਦ ਬਣੇ ਸੀ, ਬਹੁਤ ਜ਼ਿਆਦਾ, ਕਿਉਂਕਿ ਨਮਨ ਕਰਕੇ ਮੈਂ ਥੋੜ੍ਹਾ ਕਾਹਲੀ ਕਾਹਲੀ ਕਰਨ ਦੀ ਸੀ, ਰੁਪਿੰਦਰ ਜਿੱਦਾਂ ਸਕੂਲੋਂ ਆ ਗਈ ਸੀ, ਨਮਨ ਨੂੰ ਫਿਰ ਸਮਾਇਆ ਸੀ ਅਤੇ ਰੁਪਿੰਦਰ ਨੂੰ ਫੜਾ ਦਿੱਤਾ ਸੀ, ਮੈਂ ਕਿਹਾ ਮੈਂ ਹੁਣ ਤੈਨੂੰ ਪਰੌਂਠੇ ਲਾ ਦਿੰਦੀ ਹਾਂ, ਨਾਲੇ ਤੂੰ ਨਮਨ ਨੂੰ ਫੜ ਲੈ, ਨਾਲੇ ਮੈਂ ਆਪਣੇ ਲਾ ਲੈਂਦੀ, ਨਾਲੇ ਤੇਰੇ ਲਾ ਦਿੰਦੀ ਹਾਂ ਨਾ, ਅਤੇ ਬਹੁਤ ਜ਼ਿਆਦਾ ਸਵਾਦ ਬਣੇ ਸੀ। ਕਾਹਲੀ ਕਾਹਲੀ ਵਿੱਚ ਜਿਹੜਾ ਕੰਮ ਕੀਤਾ ਹੋਵੇ ਨਾ, ਮਤਲਬ ਕੰਮ ਜਿੱਦਾਂ ਕੋਈ ਖਾਣ ਵਾਲੀ ਚੀਜ਼ ਕਾਹਲੀ ਕਾਹਲੀ ਵਿੱਚ ਬਣਾਈ ਹੋਵੇ ਤਾਂ ਬਹੁਤ ਜ਼ਿਆਦਾ ਵਧੀਆ ਬਣਦੀ, ਜਿਹੜੀ ਵਧੀਆ ਬਹੁਤ ਹੌਲੀ ਹੌਲੀ ਪਿਆਰ ਨਾਲ ਬਣਾਈ ਹੋਵੇ ਅਤੇ ਉਹ ਇੰਨੀ ਸਗਾ ਸਵਾਦ ਨਹੀਂ ਲੱਗਦੀ, ਜਿਹੜੀ ਕਾਹਲੀ ਕਾਹਲੀ 'ਚ ਬਣੀ ਹੋਵੇ ਉਹ ਜ਼ਿਆਦਾ ਸਵਾਦ ਲੱਗਦੀ। ਆ ਇੱਥੇ ਮੈਂ ਫਿਰ ਲਿਆਈ ਸੀ ਆਪਣੀ ਰੋਟੀ ਪਾ ਕੇ, ਮੈਂ ਕਿਹਾ ਚੱਲ ਹੁਣ ਨਮਨ ਨੂੰ ਇੰਨੇ ਫੜੇ ਆ ਰੁਪਿੰਦਰ ਨੇ, ਮੈਂ ਵੀ ਖਾ ਲੈਂਦੀ ਹਾਂ, ਅਤੇ ਨਮਨਪ੍ਰੀਤ ਫਿਰ ਮੈਂ ਰੋਟੀ ਖਾ ਲਈ ਸੀ, ਨਮਨਪ੍ਰੀਤ ਫਿਰ ਉੱਠ ਪਿਆ ਸੀ,
ਅਤੇ ਆਹ ਦੇਖੋ ਅੱਜ ਕਮਰੇ ਦਾ ਥੋੜ੍ਹਾ ਜਿਹਾ ਖਲਾਰਾ ਪਾਈ ਹੈ ਮੈਂ। ਆਹ ਜਿਹੜਾ ਬੋਕਸ ਹੈ ਨਾ, ਜਿਹੜਾ ਮੈਂ ਤੁਹਾਨੂੰ ਪਿਛਲੇ ਵਲੋਗ 'ਚ ਦੱਸਿਆ ਸੀ ਕਿ ਮੈਂ ਉੱਧਰੋਂ ਲੈ ਆਉਣਾ, ਇਹ ਮੈਂ ਲਿਆ ਕੇ ਫਿਰ ਇੱਥੇ ਰੱਖ ਲਿਆ ਸੀ ਆਹ ਕੋਰਨਰ 'ਚ ਆਪਣੇ ਬੈੱਡ ਵਾਲੇ 'ਚ। ਅਤੇ ਇੱਥੇ ਮੇਰਾ ਇਹ ਸੀ ਇਰਾਦਾ, ਮੈਂ ਕਿਹਾ ਇੱਥੇ ਨਮਨ ਦੇ ਨਾ ਸਾਰੇ ਜਿੰਨੇ ਵੀ ਨਮਨ ਦੇ ਕੱਪੜੇ ਨੇ, ਡਾਇਪਰ ਜਾਂ ਵਾਈਪਸ ਜੋ ਵੀ ਛੋਟਾ ਛੋਟਾ ਸਮਾਨ ਬੱਚਿਆਂ ਦਾ ਹੁੰਦਾ ਉਹ ਸਾਰੀ ਇੱਕ ਸਾਈਡ 'ਤੇ ਮਤਲਬ ਰੱਖ ਛੱਡਾਂਗੀ, ਜਿਹੜੇ ਕੱਪੜੇ ਨਹੀਂ ਪਾਉਣੇ। ਇੱਥੇ ਨਿਆਣੇ ਲੱਗੇ ਸੀ, ਰੋਟੀ ਰਾਟੀ ਖਾ ਲਈ ਸੀ, ਪਰੌਂਠੇ ਖਾ ਲਏ ਸੀ, ਅਤੇ ਇੱਥੇ ਫਿਰ ਲੱਗੇ ਸੀ ਇਹ ਫਿਲਮ ਦੇਖਣ। ਲਾਗੇ ਮੈਂ ਵੀ ਦੇਖੀ ਜਾਂਦੀ ਪਈ ਸੀ, ਲਾਗੇ ਨਮਨਪ੍ਰੀਤ ਥੋੜ੍ਹਾ ਜਿਹਾ ਇਹ ਮਤਲਬ ਉੱਠ ਪਿਆ ਸੀ ਥੋੜ੍ਹਾ ਜਿਹਾ ਛੇਤੀ, ਅਤੇ ਕਿਉਂਕਿ ਮੈਂ ਰੋਟੀ ਖਾਂਦੀ ਪਈ, ਮੈਨੂੰ ਰੋਟੀ ਖਾਂਦੇ ਖਾਂਦੇ ਵੇਖ ਕੇ ਉੱਠ ਪਿਆ ਸੀ, ਅਤੇ ਇਹ ਖਿਝੀ ਜਾਂਦਾ ਪਿਆ, ਇਹਦੀ ਨੀਂਦ ਨਹੀਂ ਸੀ ਪੂਰੀ ਹੋਈ ਹੈਗੀ, ਅਤੇ ਇਹ ਖਿਝੀ ਜਾਂਦਾ ਪਿਆ ਸੀ ਕਿ ਮੈਨੂੰ ਬਸ ਚੱਕ ਲੈ। ਮੈਂ ਫਿਰ ਇਹਨੂੰ ਚੱਕ ਲਿਆ ਸੀ ਇੱਥੇ, ਮੈਂ ਕਿਹਾ ਚੱਲ ਮੈਂ ਹੁਣ ਥੋੜ੍ਹਾ ਬਹੁਤਾ ਜੇ ਹੁੰਦਾ ਹੈ ਤਾਂ ਇਵੇਂ ਕਰ ਲੈਂਦੀ ਇਹਨੂੰ ਚੱਕ ਕੇ, ਪਰ ਤੁਹਾਨੂੰ ਪਤਾ ਬੱਚੇ ਦੇ ਨਾਲ ਤਾਂ ਕੋਈ ਕੰਮ ਵੀ ਨਹੀਂ ਹੁੰਦਾ ਹੈਗਾ, ਅਤੇ ਇੱਥੇ ਫਿਰ ਇਵੇਂ ਕੁਛ ਵੀ ਨਹੀਂ ਹੁੰਦਾ ਪਿਆ ਹੈਗਾ। ਮੈਂ ਤਾਂ ਕਿਹਾ, ਮੈਂ ਕਿਹਾ ਚੱਲ ਇੱਥੇ ਲਾਰੇ ਲਾਉਣੀ, ਮੈਂ ਗੁਰਵਿੰਦਰ ਨੂੰ ਕਹਿਣ ਦੀ ਸੀ, ਮੈਂ ਕਿਹਾ ਇੱਥੇ ਲਾਗੇ ਭਾ ਲੈਂਦੀ ਹਾਂ ਅਤੇ ਤੂੰ ਮਾੜਾ ਜਿਹਾ ਇਹਨੂੰ ਖੜਾਈ ਜਾ, ਅਤੇ ਪਰ ਨਹੀਂ ਕਿੱਥੇ ਚੁੱਪ ਹੁੰਦਾ ਪਿਆ, ਚੁੱਪ ਨਹੀਂ ਸੀ ਹੋਣ ਦਿਆ। ਇੱਥੇ ਮੈਂ ਫੜਾ ਦਿੱਤਾ ਸੀ ਨਮਨਪ੍ਰੀਤ ਨੂੰ ਫਿਰ ਰੁਪਿੰਦਰ ਨੂੰ, ਮੈਂ ਕਿਹਾ ਤੂੰ ਹੁਣ ਮੈਂ ਹੁਣ ਖਲਾਰਾ ਪਾਏ ਆ ਅਤੇ ਜਦ ਤੱਕ ਕਰਾਂਗੀ ਨਹੀਂ ਤਾਂ ਨਿਬੜਨਾ ਤਾਂ ਹੈ ਨਹੀਂ। ਅਤੇ ਫਿਰ ਇੱਥੇ ਮੈਂ ਨਾਲ ਨਾਲ ਵੇਖੀ ਜਾਂਦੀ ਸੀ ਫਿਲਮ, ਨਾਲ ਨਾਲ ਕੰਮ ਕਰੀ ਜਾਂਦੀ ਵੀ ਸੀ। ਅਤੇ ਆਪਦਾ ਬੋਕਸ ਜਾਣਾ ਜਿਹੜਾ ਇੰਨੇ ਕੰਮ ਕਾਫੀ ਮਤਲਬ ਕੱਪੜੇ ਕੁੱਪੜੇ ਕਾਫੀ ਸਾਂਭਲੇ ਸੀ, ਗਰਮੀਆਂ ਵਾਲੇ ਮੈਂ ਕੱਟ ਕੇ ਸਾਰੇ ਤਾਂ ਹੀ ਧਵਾ ਲਏ ਸੀ, ਮੈਂ ਕਿ ਚੱਲ ਹੁਣ ਇੱਕ ਵਜੇ ਰੱਖ ਦਾਂਗੀ ਕਿਉਂਕਿ ਹੁਣ ਪੈਣੇ ਤਾਂ ਹੈ ਨਹੀਂ ਗਰਮੀਆਂ ਵਾਲੇ, ਅਤੇ ਇਸ ਕਰਕੇ। ਅਤੇ ਫਿਰ ਮੈਂ ਕਰ ਲਏ, ਟਾਈਮ ਤਾਂ ਕਾਫੀ ਲੱਗ ਗਿਆ ਸੀ, ਵੀਡੀਓ ਨਹੀਂ ਬਣਾਈ ਇੰਨੀ, ਅਤੇ ਹਜੇ ਤੱਕ ਵੀ ਖਲਾਰਾ ਮੇਰਾ ਕਮਰੇ 'ਚ ਥੋੜ੍ਹਾ ਬਹੁਤਾ ਪਿਆ ਹੈ, ਹੁਣ ਮੈਂ ਵਲੋਗ ਤੋਂ ਬਾਅਦ ਕਰਨਾ ਹੈ ਸਾਰਾ। ਮੈਂ ਕਿਹਾ ਚੱਲ ਵੀਡੀਓ ਐਡਿਟ ਕਰਕੇ ਮੈਂ ਹੁਣ ਪਹਿਲਾਂ ਪਾ ਪੂ ਕੇ ਅਤੇ ਫਿਰ ਬਾਅਦ ਵਿੱਚ ਮੈਂ ਕਿਹਾ ਕਰਦੀ ਹਾਂ ਥੋੜ੍ਹਾ ਬਹੁਤਾ, ਇਹਦਾ ਹੋ ਗਿਆ ਸੀ ਸਾਰਾ ਆਪਦਾ ਕਲੀਅਰ। ਹਾਂਜੀ ਇਹਦਾ ਕਰਕੇ ਸਾਰਾ ਕਲੀਅਰ, ਅਤੇ ਫਿਰ ਮੈਂ ਕਿਹਾ ਕਮਰੇ ਦਾ ਬਾਅਦ 'ਚ ਕਰਦੀ ਹਾਂ। ਚਲੋ ਜੀ ਹੁਣ ਵੀਡੀਓ ਵਲੋਗ ਦਾ ਕਰਦੇ ਹਾਂ ਐਂਡ, ਅਤੇ ਮਿਲਦੇ ਹਾਂ ਨੈਕਸਟ ਵਲੋਗ ਵਿੱਚ। ਅਤੇ ਵੀਡੀਓ ਪਸੰਦ ਆਈ ਤਾਂ ਲਾਈਕ ਜ਼ਰੂਰ ਕਰਿਓ, ਅਤੇ ਜਿਹੜੇ ਮੇਰੇ ਚੈਨਲ 'ਤੇ ਨਵੇਂ ਆਏ ਨੇ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਅਤੇ ਚਲੋ ਓਕੇ ਬਾਏ, ਸਤਿ ਸ਼੍ਰੀ ਅਕਾਲ, ਟੇਕ ਕੇਅਰ।